ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਸ਼ਹਿਨਾਜ਼ ਗਿੱਲ ਇੱਕ ਅਜਿਹੀ ਪੰਜਾਬੀ ਫੀਮੇਲ ਮਾਡਲ ਜੋ ਕਿ ਹਿਮਾਂਸ਼ੀ ਖੁਰਾਨਾ ਦੇ ਨਾਲ ਆਪਣੀ ਕੰਟਰੋਵਰਸੀ ਦੇ ਕਰਕੇ ਬੀਤੀ ਦਿਨੀ ਕਾਫੀ ਚਰਚਾ ਦੇ ਵਿੱਚ ਰਹੀ ਸੀ। ਸ਼ਹਿਨਾਜ਼ ਗਿੱਲ ਹੁਣ ਫਿਰ ਇੱਕ ਵਾਰੀ ਇੱਕ ਨਵੀਂ ਕੰਟਰੋਵਰਸੀ ਦੇ ਵਿੱਚ ਫਸਦੀ ਨਜ਼ਰ ਆ ਰਹੀ ਹੈ। ਇਸ ਵਾਰੀ ਇਹ ਕੰਟਰੋਵਰਸੀ ਹੈ ਸ਼ਹਿਨਾਜ਼ ਗਿੱਲ ਨੂੰ ਉਸਦੇ ਹੇਟਰ ਵੱਲੋਂ ਕੀਤੇ ਗਏ ਇੱਕ ਕਮੈਂਟ ਨੂੰ ਲੈ ਕੇ। ਬੀਤੇ ਦਿਨੀ ਸ਼ਹਿਨਾਜ਼ ਗਿੱਲ ਹਿਮਾਂਸ਼ੀ ਖੁਰਾਨਾ ਦੇ ਨਾਲ ਹੋਈ ਕੰਟਰੋਵਰਸੀ ਦੇ ਕਰਕੇ ਚਰਚਾ 'ਚ ਰਹੀ ਸੀ ਤੇ ਹੁਣ ਸ਼ਹਿਨਾਜ਼ ਗਿੱਲ ਆਪਣੇ ਇੱਕ ਹੇਟਰ ਵੱਲੋਂ ਕੀਤੇ ਗਏ ਕਮੈਂਟ ਨੂੰ ਲੈ ਕੇ ਕੰਟਰੋਵਰਸੀ 'ਚ ਫਸਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਦੇ ਇੱਕ ਹੇਟਰ ਨੇ ਇੰਸਟਾਗ੍ਰਾਮ ਤੇ ਸ਼ਹਿਨਾਜ਼ ਗਿੱਲ ਦੇ ਸਟੇਟਸ 'ਚ ਪੋਸਟ ਕੀਤੀ ਫੋਟੋ ਨੂੰ ਲੈ ਕੇ ਕਮੈਂਟ ਕੀਤਾ, ਤੈਨੂੰ ਇਹਨੇ ਗੰਦੇ ਕਮੈਂਟ ਆਂਦੇ, ਪਲੀਜ਼ ਆਪਣੀਆਂ ਪਿਕਸ ਨਾ ਪਾਇਆ ਕਰ। ਜਿਸ ਦਾ ਸ਼ਹਿਨਾਜ਼ ਗਿੱਲ ਨੇ ਆਪਣੇ ਸਟੇਟਸ 'ਚ ਜਵਾਬ ਦਿੱਤਾ। ਸ਼ਹਿਨਾਜ਼ ਗਿੱਲ ਨੇ ਲਿਖਿਆ, ਜਿਹਨੂੰ ਪ੍ਰੋਬਲਮ ਮੇਰੇ ਗੰਦੇ ਕਮੈਂਟਸ ਤੋਂ, ਉਹ ਮੇਰੀ ਪ੍ਰੋਫਾਈਲ ਨਾ ਦੇਖੋ, ਸੋ ਮੈਂ ਲੋਕਾਂ ਦੀ ਗੰਦੀ ਸੋਚ ਕਰਕੇ ਆਪਣਾ ਪ੍ਰੋਫੈਸ਼ਨ ਨਹੀਂ ਛੱਡ ਸਕਦੀ। ਗੋ ਗੈਟ ਅ ਲਾਈਫ ਡਿਊਡ। ਸ਼ਹਿਨਾਜ਼ ਗਿੱਲ ਨੇ ਆਪਣੇ ਇਸ ਹੇਟਰ ਦੇ ਕਮੈਂਟ ਨੂੰ ਆਪਣੇ ਪ੍ਰੋਫੈਸ਼ਨ ਨਾਲ ਜੋੜ ਦਿੱਤਾ ਅਤੇ ਕਿਹਾ ਕਿ ਉਹ ਨਹੀਂ ਰੁਕਣਗੇ, ਤਾਂ ਨਾਲ ਹੀ ਸਲਾਹ ਦਿੱਤੀ ਹੈ ਕਿ ਜਿਸ ਕਿਸੇ ਨੂੰ ਪ੍ਰੋਬਲਮ ਹੈ ਉਹ ਉਸ ਦੀ ਆਈਡੀ ਨਾ ਵਿਜ਼ਿਟ ਕਰਿਆ ਕਰਨ। ਸੋਸ਼ਲ ਮੀਡੀਆ ਇੱਕ ਇਹੋ ਜਿਹਾ ਮਾਧਿਅਮ ਬਣ ਚੁੱਕਿਆ ਹੈ ਕਿ ਜਿੱਥੇ ਕੋਈ ਵੀ ਇਨਸਾਨ ਕਿਸੇ ਦੇ ਬਾਰੇ ਕੁਝ ਵੀ ਕਮੈਂਟ ਕਰ ਸਕਦਾ ਹੈ, ਤੇ ਸ਼ਹਿਨਾਜ਼ ਗਿੱਲ ਦਾ ਇਸ ਕਮੈਂਟ ਦੇ ਉੱਤੇ ਇਦਾਂ ਦਾ ਰਿਐਕਸ਼ਨ ਕਿੰਨਾ ਕੁ ਵਾਜਿਬ ਹੈ, ਤੁਹਾਡੀ ਇਸ ਬਾਰੇ 'ਚ ਕੀ ਰਾਏ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਅਵਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ।